ਇਸ ਸਮੇਂ ਅਸੀਂ ਵੀ ਸਾਰੇ ਕਾਹਦੇ ਚ ਭਲਾ ਸਫ਼ਰ ਦੇ ਵਿੱਚ, ਸਾਡੀ ਮੰਜ਼ਿਲ ਕੀ ਆ ਭਲਾ ਬੋਲੋ, ਸਾਡੀ ਮੰਜ਼ਿਲ ਕੀ ਆ? ਸਵਰਗ। ਇਸ ਸਮੇਂ ਅਸੀਂ ਸਫ਼ਰ ਦੇ ਵਿੱਚ ਆ। ਇਸਰਾਇਲੀ ਜਦੋਂ ਸਫ਼ਰ ਦੇ ਵਿੱਚ ਸੀ ਤੇ ਜਦੋਂ ਉਹਨਾਂ ਨੂੰ ਕੋਈ ਤੰਗੀ ਆਉਂਦੀ ਸੀ ਨਾ, ਪਾਣੀ ਦੀ ਤੰਗੀ ਆ ਗਈ, ਉਹਨਾਂ ਨੂੰ ਮਿਸਰ ਯਾਦ ਆਇਆ। ਰੋਟੀ ਦੀ ਤੰਗੀ ਆਈ, ਉਹਨਾਂ ਨੂੰ ਕੀ ਯਾਦ ਆ ਗਿਆ? ਮਿਸਰ ਯਾਦ ਆ ਗਿਆ। ਜਦ ਉਹਨਾਂ ਨੂੰ ਤੰਗੀ ਪਰੇਸ਼ਾਨੀ ਆਉਂਦੀ ਸੀ ਤਾਂ ਉਹਨਾਂ ਨੂੰ ਮਿਸਰ ਚੇਤੇ ਆਉਂਦਾ ਸੀ, ਮਤਲਬ ਗੁਲਾਮੀ ਵਾਲੇ ਦਿਨ। ਕਹਿੰਦੇ ਉਹ ਵਧੀਆ ਸੀ। ਅੱਜ ਵੀ ਤੁਹਾਨੂੰ ਪਤਾ ਬਹੁਤੇ ਪਰਮੇਸ਼ਰ ਦੇ ਲੋਕ ਕਈ ਇੱਦਾਂ ਦੇ ਬਣ ਗਏ ਆ, ਜਦੋਂ ਯਿਸੂ ਮਸੀਹ ਦੇ ਵਿੱਚ ਚੱਲਦਿਆਂ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ, ਕਹਿੰਦੇ ਯਾਰ ਜਦੋਂ ਯਿਸੂ ਮਸੀਹ ਨੂੰ ਨਹੀਂ ਮੰਨਦੇ ਤਾਂ ਚੰਗੇ, ਇਹ ਸੋਚਾਂ ਆਉਂਦੀਆਂ ਉਹਨਾਂ ਦੇ। ਔਰ ਆਪ ਨੂੰ ਪਤਾ ਜਿਹੜੇ ਜਿਹੜੇ ਇਸਰਾਇਲੀ ਇਹੋ ਜਿਹੀਆਂ ਸੋਚਾਂ ਸੋਚਦੇ ਰਹੇ ਉਹ ਕਨਾਨ ਵਿੱਚ ਨਹੀਂ ਪਹੁੰਚ ਸਕੇ। ਮੂਸਾ ਨੇ ਰਿਪੋਰਟ ਲੈਣ ਦੇ ਲਈ ਘੱਲਿਆ, ਯੋਸ਼ੂਆ ਨੂੰ, ਹਲੇਲੂਇਆ, ਤੇ 10 ਬੰਦੇ ਹੋਰ ਹੀ। 10 ਨੇ ਆ ਕੇ ਰਿਪੋਰਟ ਸੇਮ ਦਿੱਤੀ, ਔਰ ਜੋ 10 ਨੇ ਰਿਪੋਰਟ ਦਿੱਤੀ ਉਹ ਰਿਪੋਰਟ ਯੋਸ਼ੂਆ ਨੇ ਦਿੱਤੀ, ਹਲੇਲੂਇਆ। ਪਰ ਯੋਸ਼ੂਆ ਦੇ ਵਿਸ਼ਵਾਸ ਵਿੱਚ ਤੇ ਉਹਨਾਂ ਬਾਕੀਆਂ ਦੇ ਵਿਸ਼ਵਾਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਉਹਨਾਂ 10 ਨੇ, ਜਦੋਂ ਜ਼ਿਆਦਾ ਜਣੇ ਨੈਗੇਟਿਵ ਗੱਲਾਂ ਬੋਲਦੇ ਆ ਤੇ ਲੋਕਾਂ ਦੇ ਦਿਲ ਆਪੇ ਘਟ ਜਾਂਦੇ, ਉਹਨਾਂ 10 ਨੇ ਲੋਕਾਂ ਦੇ ਦਿਮਾਗ ਇਦਾਂ ਦੇ ਕਰ ਦਿੱਤੇ, ਲੋਕਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮਿਸਰ ਹੀ ਚੰਗਾ ਸੀ, ਐਡੇ ਐਡੇ ਦੰਤ ਗਾੜੀ ਸਾਡੇ ਬੈਠੇ ਆ, ਉਹਨਾਂ ਤੇ ਸਾਨੂੰ ਜਿਉਂਦਿਆਂ ਨੂੰ ਨਿਕਲ ਜਾਣਾ। ਯੋਸ਼ੂਆ ਕਹਿੰਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਕਹਿੰਦਾ ਯਹੋਵਾ ਦੇ ਨਾਂ 'ਚ ਜਾਵਾਂਗੇ। ਬੋਲੋ ਹਲੇਲੂਇਆ। ਕਿਹਦੇ ਨਾਂ 'ਚ ਕਹਿੰਦਾ? ਕਹਿੰਦਾ ਯਹੋਵਾ ਦੇ ਨਾਂ 'ਚ ਜਾਵਾਂਗੇ ਤੇ ਜਿੱਤ ਕੇ ਵਾਪਸ ਆਵਾਂਗੇ। ਹੱਥ ਉਠਾ ਕੇ ਬੋਲੋ ਹਲੇਲੂਇਆ। ਤੋ ਜੋ 10 ਕਹਿੰਦੇ ਸੀ ਉਹ ਹੋਇਆ ਕਿ ਜੋ ਯੋਸ਼ੂਆ ਕਹਿੰਦਾ ਸੀ ਉਹ ਹੋਇਆ? ਜੋ ਯੋਸ਼ੂਆ ਨੇ ਕਿਹਾ। ਅੱਜ ਲੋਕ ਬਹੁਤਿਆਂ ਦੇ ਮਗਰ ਲੱਗ ਜਾਂਦੇ। ਪਰਮੇਸ਼ਰ ਦੇ ਉੱਤੇ ਸਹੀ ਵਿਸ਼ਵਾਸ ਕਰਨ ਵਾਲੇ ਬਹੁਤ ਘੱਟ ਲੋਕ ਨੇ। ਬਾਈਬਲ ਨੂੰ ਧਿਆਨ ਦੇ ਨਾਲ ਪੜ੍ਹੋ। ਬਾਈਬਲ ਨੂੰ ਜਦੋਂ ਤੁਸੀਂ ਸ਼ੁਰੂ ਤੋਂ ਹੀ ਪੜ੍ਹੋਗੇ, ਖੁਦਾ ਦੇ ਜਿਹੜੇ ਜਿਹੜੇ ਸੱਚੀ 'ਚ ਖੁਦਾ ਦੇ ਲੋਕ ਸੀ ਉਹਨਾਂ ਨੂੰ ਸਤਾਇਆ ਗਿਆ, ਪਰ ਕਾਮਯਾਬ ਵੀ ਉਹ ਹੋਏ। ਹਲੇਲੂਇਆ।